आज भाभी भाभी आओ खड़े हो आओ आओ भाभी खड़े हो आजा ज्यादा तेल लगी सीरता सीरता गल सुन रहा मेरे को मैं तेरे ना जरूरी गल करनी है बोलो वीरे की गल करनी है पर तू वादा कर भी तू मेरी गल तक गुस्सा नहीं करेगी नहीं कर दी वीरे बोलो पक्का हाँ जी पक्का असि ऐ सोच रहे सीगे भी तेरा सी ब्याह कर दिए अच्छा वीरे हुण मैं थोनू भार लगन लगी फिर मैंने इन्नी पढ़ाई कादे वास्ते करवाई सी ओए ओ गल नहीं और की गल है वीरे ओ यार मैनू तेरी टेंशन है मैं इथों बिना तेरा है ही कौन है अच्छा वीरे हुण मैं थोड़ी टेंशन बन गई ਸਮਝ ਨਹੀਂ ਰਹੀ ਵੀਰੇ ਸਮਝਣਾ ਸਮਝਾਉਣਾ ਕੁਛ ਨਹੀਂ ਬਸ ਤੁਸੀਂ ਮੁੰਡਾ ਲੱਭੋ ਦੇਖੋ ਜੀ ਇਹਦੀ ਤਾਂ ਨਿਆਣੀ ਮਾਤਾ ਆਪਾਂ ਤਾਂ ਕੋਈ ਨੁਕਸਾਨ ਥੋੜ੍ਹੀ ਕਰ ਰਹੇ ਹਾਂ ਨਾਲੇ ਜੇ ਹੁਣ ਹੀ ਕਬੀਲਦਾਰੀਆਂ 'ਚ ਪਊਗੀ ਤਾਂ ਹੀ ਸਮਝਦਾਰ ਬਣੂਗੀ ਇਹਨੂੰ ਤਾਂ ਨਹੀਂ ਸਮਝਾ ਆਪਾਂ ਨੂੰ ਤਾਂ ਦੇਖਣਾ ਪਊ ਨਾ ਕੋਈ ਨਾ ਇਹ ਤਾਂ ਸੌ ਕੁਝ ਕਹੂਗੀ ਤੁਸੀਂ ਇਹਦੇ ਵਾਸਤੇ ਰਿਸ਼ਤਾ ਵੇਖੋ ਓਏ ਉਹਦਾ ਤਰੀਕਾ ਤਾਂ ਠੀਕ ਹੈ ਪਰ ਜੇ ਇਹਦਾ ਮਨ ਹੀ ਨਹੀਂ ਹੈਗਾ ਆਪਾਂ ਕੀ ਕਰ ਸਕਦੇ ਹਾਂ ਲੈ ਦੱਸ ਹੁਣ ਆਪਾਂ ਇਹਦੇ ਮਨ ਦਾ ਕੀ ਕਰਨਾ ਆਪਾਂ ਆਪਦਾ ਵੀ ਤਾਂ ਵੇਖਣਾ ਨਾ ਕੋਈ ਨਾ ਤੁਸੀਂ ਕਰੋ ਗੱਲ ਮੈਂ ਤੁਹਾਡੇ ਨਾਲ ਹਾਂ ਇਹਨੂੰ ਤਾਂ ਮੈਂ ਆਪੇ ਸਮਝਾ ਦੂੰਗੀ ਉਹ ਚੱਲ ਕੋਈ ਨਾ ਮੈਂ ਕਰ ਲੂੰਗਾ ਗੱਲ ਹੁਣ ਘਰ 'ਚ ਕਲੇਸ਼ ਤਾਂ ਨਹੀਂ ਪਾਉਣਾ ਨਾ ਇਹਦੇ 'ਚ ਕਲੇਸ਼ ਵਾਲੀ ਕੀ ਗੱਲ ਆ ਜੇ ਕੱਲ੍ਹ ਨੂੰ ਕੋਈ ਗੱਲਬਾਤ ਹੋ ਗਈ ਸਾਰਾ ਦੋਸ਼ ਮੈਨੂੰ ਨਾ ਦਿਓ ਫਿਰ ਉਹ ਚੱਲ ਠੀਕ ਹੈ ਕੋਈ ਨਾ ਕਰ ਦਿਆਂ ਗੱਲ ਹੈਗਾ ਮੇਰੀ ਨਿਗਾਹ 'ਚ ਇੱਕ ਬੰਦਾ ਉਹ ਰਿਸ਼ਤੇ ਕਰਾਉਂਦਾ ਹੈਗਾ ਨਾ ਕਦੋਂ ਕਰੋਂਗੇ ਗੱਲ ਜਦੋਂ ਟਾਈਮ ਲੱਗ ਗਿਆ ਤੁਸੀਂ ਅੱਜ ਹੀ ਜਾਓ ਉਹਦੇ ਕੋਲੇ ਇਹਨੂੰ ਤਾਂ ਮੈਂ ਆਪੇ ਮਿਲਾ ਲੂੰਗੀ ਜਾਓ ਤੁਸੀਂ ਮੈਂ ਵੀ ਕਰਾਂ ਇਹਦੇ ਨਾਲ ਗੱਲ ਲੈ ਪੁੱਤ ਰੋਈ ਕਾਹਤੋਂ ਜਾਂਦੀ ਆ ਤੇਰਾ ਵੀਰਿਆ ਤੇਰੇ ਫਾਇਦੇ ਲਈ ਸੋਚਦਾ ਨਾਲੇ ਗੁੱਸੇ ਕਰਨ ਵਾਲੀ ਐਡੀ ਕਿੱਡੀ ਗੱਲ ਆ ਹਾਂ ਭਾਬੀ ਤੁਹਾਡੇ ਲਈ ਤਾਂ ਐਡੀ ਕਿੱਡੀ ਗੱਲ ਆ ਮੈਨੂੰ ਪਤਾ ਮੈਂ ਰਾਤ ਨੂੰ ਜਾ ਜਾ ਕੇ ਕਿਤਾਬਾਂ ਨਾਲ ਮੱਥਾ ਮਾਰਿਆ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਮੈਂ ਕਦੇ ਵਿਆਹ ਨਹੀਂ ਕਰਵਾਉਣਾ ਪਰ ਮੇਰੀ ਪੜ੍ਹਾਈ ਤਾਂ ਪੂਰੀ ਹੋ ਲੈਣ ਦੋ ਕੋਈ ਨਾ ਤੂੰ ਉੱਥੇ ਜਾ ਕੇ ਪੜ੍ਹ ਲੈ ਨਾਲੇ ਉਹ ਕਿਹੜਾ ਪੜ੍ਹਨੋਂ ਹਟਾ ਲੈਣਗੇ ਭਾਵੇਂ ਸਾਰੀ ਉਮਰ ਪੜ੍ਹੀ ਜਾਈਂ ਬਸ ਭਾਬੀ ਤੁਸੀਂ ਮੈਨੂੰ ਸਮਝ ਨਹੀਂ ਸਕਦੇ ਜੇ ਤੁਸੀਂ ਮੇਰਾ ਵਿਆਹ ਕਰਕੇ ਖੁਸ਼ ਹੋ ਨਾ ਤਾਂ ਮੈਨੂੰ ਤੁਹਾਡੀ ਖੁਸ਼ੀ ਤੋਂ ਬਿਨਾਂ ਹੋਰ ਕੁਛ ਨਹੀਂ ਚਾਹੀਦਾ ਬਸ ਸੀਟ ਜਿਵੇਂ ਤੇਰਾ ਵੀਰਾ ਕਹਿੰਦਾ ਨਾ ਉਹ ਵੀ ਕਰਨਾ ਹੁਣ ਤੂੰ ਹੈਲੋ ਉਹ ਮੈਂ ਤੈਨੂੰ ਐਂ ਕਿਹਾ ਸੀਗਾ ਮਾਂ ਤੂੰ ਆਪਦੇ ਚਾਚੇ ਨਾਲ ਗੱਲ ਕਰ ਲੈਂਦਾ ਜਾਂ ਫਿਰ ਮੈਨੂੰ ਨੰਬਰ ਦੇ ਦੇ ਉਹ ਤੂੰ ਟੈਨਸ਼ਨ ਨਾ ਲੈ ਮੈਂ ਚਾਚੇ ਨੂੰ ਲੈ ਕੇ ਕੱਲ੍ਹ ਨੂੰ ਤੇਰੇ ਘਰ ਆ ਜੂੰ ਆਪਾਂ ਬਹਿ ਕੇ ਗੱਲ ਕਰ ਲਾਂ ਠੀਕ ਆ ਠੀਕ ਆ ਉਹ ਨਾਲੇ ਮੇਰੀ ਗੱਲ ਸੁਣਾ ਤੂੰ ਆਪਦੇ ਚਾਚੇ ਨੂੰ ਐਂ ਕਹਿ ਦੀ ਵੀ ਰਿਸ਼ਤਾ ਵਧੀਆ ਹੋਵੇ ਕਿਤੇ ਐਵੇਂ ਨਾ ਝੂਠ ਤਫਾਨ ਜੇ ਬੋਲ ਕੇ ਰਿਸ਼ਤਾ ਕਰਾ ਦੇ ਮੇਰੀ ਇਕੱਲੀ ਇਕੱਲੀ ਭੈਣ ਹੈ ਉਹ ਨਾ ਨਾ ਬਾਈ ਤੂੰ ਟੈਨਸ਼ਨ ਨਾ ਲੈ ਤੇਰੀ ਭੈਣ ਹੋਈ ਕਿ ਮੇਰੀ ਭੈਣ ਹੋਈ ਹੈ ਤੂੰ ਫਿਕਰ ਨਾ ਕਰ ਆਪਾਂ ਨਾ ਮਾੜਾ ਕੰਮ ਕਰੀਏ ਨਾ ਕਿਸੇ ਨੂੰ ਕਰਨ ਦਈਏ ਓਏ ਹੋਰ ਯਾਰ ਆਪਣੀ ਕੁੜੀ ਨੇ ਇੰਨੀ ਪੜ੍ਹਾਈ ਕੀਤੀ ਆ ਕਿਤੇ ਉਹ ਵੀ ਖੂਹ ਖਾਤੇ ਵਗ ਜੇ ਓਏ ਆਪਾਂ ਨੂੰ ਕਿਹੜਾ ਕੋਈ ਕਾਲ ਆ ਚੰਗੀ ਤਰ੍ਹਾਂ ਪਤਾ ਕਰਕੇ ਭੈਣ ਵਾਸਤੇ ਰਿਸ਼ਤਾ ਲੱਭਾਂਗੇ ਓਏ ਹੁਣ ਤਾਂ ਕੋਈ ਚੱਕਰ ਨਹੀਂ ਟਾਈਮ ਵੱਧ ਲੱਗ ਜੇ ਪਰ ਬਾਅਦ ਵਿੱਚ ਔਖਾ ਹੋ ਜਾਊਗਾ ਸਾਰੀ ਉਮਰ ਪਛਤਾਉਣਾ ਪੈ ਜਾਊਗਾ ਓ ਚੱਲ ਕੋਈ ਨਾ ਮਿਲਦੇ ਹਾਂ ਕੱਲ੍ਹ ਨੂੰ ਫਿਰ ਕਰਦੇ ਹਾਂ ਗੱਲ ਬਸ ਠੀਕ ਆ ਆ ਜਿਓ ਕੀ ਲੱਭੀਆਂ ਨਹੀਂ ਹੈ ਕੁਛ ਨਹੀਂ ਮੈਂ ਤਾਂ ਢੱਕਣ 'ਚ ਲੱਭੀ ਜਾਂਦੀ ਸੀਗੀ ਆ ਚਾਹ ਬਣੀ ਪਈ ਹੈ ਲੈ ਜਾਓ ਲਿਆ ਫੜਾ ਹੁਣ ਤੁਹਾਨੂੰ ਵੀ ਪਤਾ ਹੈਗਾ ਵੀ ਧੀਆਂ ਨੂੰ ਘਰੇ ਬਿਠਾ ਕੇ ਤਾਂ ਰੱਖਿਆ ਨਹੀਂ ਜਾਂਦਾ ਹੈ ਨਾ ਤੋਰਨੀਆਂ ਤਾਂ ਪੈਂਦੀਆਂ ਨਹੀਂ ਵੀ ਹੁਣ ਆਇਆ ਵੀ ਦੇਖੋ ਤੁਹਾਨੂੰ ਪਤਾ ਅੱਜ ਕੱਲ੍ਹ ਜਿਹੜੇ ਵਿਚੋਲੇ ਹੁੰਦੇ ਨੇ ਪੈਸਿਆਂ ਦੇ ਲਾਲਚ 'ਚ ਆ ਕੇ ਪੈਸੇ ਲੈ ਲੈਂਦੇ ਨੇਗੇ ਅਤੇ ਝੂਠ ਤਫਾਨ ਬੋਲੀ ਜਾਂਦੇ ਨੇ ਵੀ ਉਹ ਗੱਲ ਨਹੀਂ ਹੋਣੀ ਚਾਹੀਦੀ
ਵਧੀਆ ਰਿਸ਼ਤਾ ਹੋਵੇ ਕੋਈ ਗੱਲ ਨਹੀਂ ਜੇ 4 ਪੈਸੇ ਲਾਉਣੇ ਪਏ ਪੈਸੇ ਵੀ ਲਾ ਦਾਂਗੇ ਕੋਈ ਟਿੱਕਾ ਨਹੀਂ ਹੈਗਾ ਉਹ ਨਾ ਨਾ ਯਾਸਰ ਤੂੰ ਟੈਨਸ਼ਨ ਨਾ ਲੈ ਚਾਚਾ ਆਪਾਂ ਨੂੰ ਮਾੜੇ ਥਾਂ ਥੋੜ੍ਹੀ ਖੜਾਊਗਾ ਪੂਰਾ ਇਹਨੂੰ ਵਧੀਆ ਰਿਸ਼ਤਾ ਦਿਖਾਊਗਾ ਪਹਿਲਾਂ ਵੀ 1-2 ਚਾਚੇ ਨੇ ਰਿਸ਼ਤੇ ਕਰਾਏ ਨੇ ਠੀਕ ਹੈ ਹਾਂ ਕੁੜੀ ਆਪਣੀ ਵਧੀਆ ਪੜ੍ਹੀ ਗਈ ਹੈ ਜੀ PhD ਕਰ ਰਹੀ ਹੈਗੀ ਹੁਣ ਬਸ ਹੁਣ ਉਹਦਾ ਕੋਰਸ ਪੂਰਾ ਹੋਣ ਵਾਲਾ ਹੈਗਾ ਇਸ ਤੋਂ ਬਾਅਦ ਮੈਂ ਸੋਚਦਾ ਵੀ ਵਿਆਹ ਕਰੀ ਦੇਈਏ ਜੇ ਕੋਈ ਵਧੀਆ ਰਿਸ਼ਤਾ ਹੋਇਆ ਤਾਂ ਤੁਸੀਂ ਸਾਨੂੰ ਦੱਸ ਦਿਓ ਨਾ ਕਰਵਾਵਾਂਗੇ ਜੀ ਵਧੀਆ ਥਾਵੇਂ ਕਢਾਵਾਂਗੇ ਹਾਂ ਬਸ ਤੂੰ ਟੈਨਸ਼ਨ ਨਾ ਲੈ ਮੈਂ ਕਰਕੇ ਗੱਲ ਚਾਚੇ ਨਾਲ ਤੈਨੂੰ ਕਰਦਾ ਫੋਨ ਠੀਕ ਫਿਰ ਕਰ ਦਿੰਦੀ ਹਾਂ ਜੇ ਕੋਈ ਰਿਸ਼ਤਾ ਬਸ ਠੀਕ ਹੈ ਹੋਰ ਚੱਲ ਠੀਕ ਹੈ ਜਸ ਫਿਰ ਹੁਣ ਅਸੀਂ ਚੱਲਦੇ ਹਾਂ ਚਲੋ ਠੀਕ ਹੈ ਫਿਰ ਚਲੋ ਯਾਰ ਪ੍ਰਿਆ ਗਏ ਹੋ ਹਾਂ ਵਗ ਗਏ ਕੀ ਕਹਿੰਦੇ ਉਹ ਕਹਿੰਦੇ ਵੀ ਕੋਈ ਨਾ ਸਲਾਹ ਕਰਕੇ ਦੱਸ ਦਾਂਗੇ ਲੱਭਣਗੇ ਵੀ ਰਿਸ਼ਤਾ ਆਪਣੇ ਵਾਸਤੇ ਵਧੀਆ ਉਹਨਾਂ ਨੂੰ ਕਿਆ ਛੇਤੀ ਕਰੋ ਉਹ ਕੋਈ ਗੱਲ ਨਹੀਂ ਜੇ ਵੀ ਮੁੰਡਾ ਲੱਭੂਗਾ ਫੇਰ ਹੀ ਆਏਗਾ ਨਾ ਹੁਣ ਚੱਲ ਠੀਕ ਹੈ ਮੈਂ ਖੇਤ ਕੱਖ ਵੱਟ ਲਿਆਉਣਾ ਠੀਕ ਹੈ ਸ਼ੁਕਰ ਬਸ ਹੁਣ ਤਾਂ ਵਿਚੋਲੇ ਨੂੰ ਛੇਤੀ ਛੇਤੀ ਰਿਸ਼ਤਾ ਲੱਭ ਜੇ ਮੈਂ ਤਾਂ ਇਹਨਾਂ ਨੂੰ ਕਹਿ ਦੂੰਗੀ ਚਾਹੇ ਜਾਂ ਮਰਜ਼ੀ ਹੋਵੇ ਛੇਤੀ ਛੇਤੀ ਉਹਨਾਂ ਨੂੰ ਘਰੋਂ ਕੱਢੋ ਇਹ ਕੁੜੀ ਜੀ ਨੇ ਤਾਂ ਨਾ ਮੇਰੇ ਨੱਕ ਥੱਲੇ ਦਮ ਕਰ ਰੱਖਿਆ ਸੀ ਲੈ ਭਾਬੀ ਮੈਂ ਕਰਾ ਦਿੰਦੀ ਤੇਰੇ ਨਾਲ ਕੰਮ ਬਸ ਤੂੰ ਜਾ ਕੇ ਪੜ੍ਹ ਲਾ ਕੰਮ ਤਾਂ ਮੈਂ ਆਪ ਹੀ ਕਰ ਲੂੰਗੀ ਭਾਬੀ ਮੈਂ ਨਹੀਂ ਦੇਣੇ ਪੇਪਰ ਮੈਂ ਵੀਰੇ ਦੇ ਕਹਿਣ ਦੇ ਵਿਆਹ ਨੂੰ ਹਾਂ ਕਰਤੀ ਬਸ ਇੰਨਾ ਹੀ ਬਹੁਤ ਆ ਤੈਨੂੰ ਇੰਨਾ ਪਤਾ ਤੇਰਾ ਵੀਰਾ ਤੇਰੇ ਕਰਕੇ ਕਿੰਨੀ ਟੈਨਸ਼ਨ 'ਚ ਫਿਰਦਾ ਕੁੜੀਆਂ ਤਾਂ ਨਾ ਬੋਝ ਬਣ ਜਾਂਦੇ ਨੇ ਤੇ ਬਗਾਨੀਆਂ ਤਾਂ ਪਹਿਲੇ ਦਿਨੋਂ ਹੀ ਹੁੰਦੀਆਂ ਨੇ ਕੋਈ ਬੋਝ ਨਹੀਂ ਹੁੰਦੀਆਂ ਮੈਂ ਕਿਹੜਾ ਵਿਆਹ ਕੇ ਨਹੀਂ ਆਈ ਇੱਥੇ ਪਤਾ ਨਹੀਂ ਕਿੱਥੋਂ ਇਹਦੇ ਮਨ 'ਚ ਪੁੱਠੇ ਸਿੱਧੇ ਖਿਆਲ ਆਉਂਦੇ ਨੇ ਮੈਂ ਹੁਣ ਕੋਈ ਗੱਲ ਨਹੀਂ ਕਰਨੀ ਭਾਬੀ ਬਸ ਮੈਂ ਤੁਹਾਡੀ ਗੱਲ ਨਹੀਂ ਮੋੜੀ ਇੰਨਾ ਹੀ ਬਹੁਤ ਆ ਦੁੱਖ ਤਾਂ ਇਸ ਗੱਲ ਦਾ ਕਿ ਮੁੰਡਿਆਂ ਤੋਂ ਮਰਜ਼ੀ ਪੁੱਛੀ ਜਾਂਦੀ ਹੈ ਤੇ ਕੁੜੀਆਂ ਨੂੰ ਫੈਸਲੇ ਸੁਣਾਏ ਜਾਂਦੇ ਆ ਐਡੀ ਕਿੱਡੀ ਕੁ ਹੋ ਗਈ ਜਿਹੜੀ ਐਡੀ ਜਵਾਨ ਲੜਾਉਣ ਲੱਗ ਗਈ ਮੇਰੇ ਨਾਲ ਬਸ ਹੁਣ ਤਾਂ ਛੇਤੀ ਬਗਾਨੇ ਘਰੇ ਜਾਵੇ ਫੇਰ ਹੀ ਪਤਾ ਲੱਗੂ ਇਹਨੂੰ ਪ੍ਰਿਆ ਮੈਨੂੰ ਨਾ ਇੱਕ ਮੁੰਡੇ ਦੀ ਦੱਸ ਪਈ ਹੈਗੀ ਤੇ 4 ਕਿੱਲੇ ਬਾਣਦੇ ਨੇ ਤੇ ਮਾਂ ਪਿਓ ਹੈ ਨਹੀਂ ਤੇ ਮੁੰਡਾ ਖੇਤੀ ਕਰਦਾ ਕਰ ਲਓ ਫਿਰ ਗੱਲ ਹੋਰ ਕੀ ਚਾਹੀਦਾ ਆਪਾਂ ਨੂੰ ਉਹ ਯਾਰ ਉਹ ਤਾਂ ਠੀਕ ਆ ਪਰ ਮੈਨੂੰ ਜ਼ਮੀਨ ਘੱਟ ਲੱਗਦੀ ਆ 4 ਕਿੱਲਿਆਂ ਦਾ ਕੀ ਬਣਦਾ ਅੱਜ ਕੱਲ੍ਹ ਓਹੋ ਜਿਵੇਂ ਰਹਿਣਾ ਹੋਵੇ ਨਾ ਇਹਨੂੰ ਭੁੱਖੀ ਥੋੜ੍ਹੀ ਮਰਨ ਦਊਗਾ ਨਾਲੇ 4 ਕਿੱਲੇ ਥੋੜ੍ਹੇ ਥੋੜ੍ਹੇ ਹੁੰਦੇ ਨੇ ਇਹ ਤਾਂ ਗੱਲ ਤੇਰੀ ਠੀਕ ਹੈ ਮੇਰੀ ਗੱਲ ਸੁਣੋ ਆਪਾਂ ਕੱਲ੍ਹ ਹੀ ਜਾ ਕੇ ਰਿਸ਼ਤਾ ਵੇਖ ਕੇ ਆਉਂਦੇ ਹਾਂ ਚੱਲ ਕਰ ਲੈਂਦੇ ਗੱਲ ਨਾਲੇ ਮੁੰਡਾ ਦੇਖ ਆਵਾਂਗੇ ਚੱਲ ਕੱਲ੍ਹ ਨੂੰ ਚੱਲਦੇ ਹਾਂ ਫਿਰ ਚੱਲ ਠੀਕ ਆ ਮੈਂ ਮੱਝਾਂ ਨੂੰ ਪਾਣੀ ਪਿਆ ਦਾਂ ਬਸ ਇਹ ਰਿਸ਼ਤਾ ਸਿਰੇ ਲੱਗ ਜੇ ਨਹੀਂ ਤਾਂ ਹੋਰ ਕਿੰਨੇ ਕੁ ਰਿਸ਼ਤੇ ਮੋੜੀ ਚੱਲਾਂਗੇ ਕੀ ਹਾਲ ਹੈ ਵਧੀਆ ਵਧੀਆ ਤੂੰ ਦੱਸ ਕਿਵੇਂ ਵਧੀਆ ਠੀਕ ਠਾਕ ਅੱਛਾ ਮੈਂ ਕਹਿੰਦਾ ਸੀ ਵੀ ਚੱਲੀਏ ਫਿਰ ਬਗ ਚੱਲਦੇ ਆ ਹਾਂ ਮਾੜਾ ਮੋਟਾ ਹੋਵੇ ਤਿਆਰ ਕਨਾ ਉਹ ਕੀ ਲੋੜ ਆ ਆਪਾਂ ਕੁੜੀ ਵਾਲਿਆਂ ਆਪਾਂ ਨੂੰ ਤਿਆਰ ਹੋਣ ਦੀ ਕੀ ਲੋੜ ਆ ਯਾਰ ਮੈਂ ਕਹਿੰਦਾ ਸੀ ਮਾੜਾ ਜਿਹਾ ਤਿਆਰ ਹੋ ਜਾਂਦਾ ਫਿਰ ਵੀ ਰਿਸ਼ਤਾ ਦੇਖਣ ਜਾਵਾਂਗੇ ਉਹ ਕੋਈ ਗੱਲ ਨਹੀਂ ਆਪਾਂ ਤਾਂ ਸਿੰਪਲੀ ਬਗ ਚੱਲਦੇ ਯਾਰ ਚੱਲ ਠੀਕ ਆ ਫਿਰ ਚੱਲੀਏ ਖੜ ਜਾ ਇੱਕ ਮਿੰਟ ਤੇਰੀ ਭਰਜਾਈ ਨੂੰ ਕਹਿ ਦਾਂ ਠੀਕ ਆ ਪ੍ਰਿਆ ਆ ਗੱਲ ਸੁਣੀ ਮਾੜੀ ਜੀ ਹਾਂਜੀ ਅਸੀਂ ਚੱਲੇ ਰਿਸ਼ਤਾ ਦੇਖਣ ਠੀਕ ਹੈ ਚੱਲ ਆ ਜਾਓ ਵਿਚੋਲਾ ਵੀ ਗੱਡੀ 'ਚ ਬੈਠਿਆ ਉਹਦਾ ਉੱਤਰ ਹੀ ਹੋ ਗਿਆ ਹੁਣ ਵੇਖਦੀ ਹਾਂ ਕਿੰਨਾ ਕੁ ਟਾਈਮ ਚੱਲਦੀ ਇਹਦੀ ਘਰੇ ਆਪਣੀ ਕੋਈ ਨੀ ਬਸ ਆਪਾਂ ਨੂੰ ਕੁੜੀ ਸ਼ੈਣੀ ਚਾਹੀਦੀ ਆ ਆਪਣੇ ਘਰ ਦੀ ਸਾਂਭ ਸੰਭਾਲ ਰੱਖੇ ਵਧੀਆ ਸਹੀ ਗੱਲ ਹੈ ਭਾਬੀ ਖੜੇ ਹੋ ਭਾਬੀ ਖੜੇ ਹੋ ਅਜਾ ਜਦ ਤੈਨੂੰ ਲੱਗੀ ਆਇਓ ਇੱਧਰ ਆਇਓ ਸੇਫ ਹੌਲੀ ਹੌਲੀ ਭਾਬੀ ਧਿਆਨ ਨਾ ਭਾਬੀ ਸੀਰਤ ਮੈਨੂੰ ਲੱਗਦਾ ਨਾ
मेरे पैर ते मोच आ गई। कोई ना भाभी तुसी टेंशन ना लो, मैं पानी लेके आनी है। मेरा रब पैर ते वजन ही नहीं आंदा। ले भाभी पानी पियो, मैं वीरे नु फोन करदा। ना तेरे वीरे नु ना फोन करी, वो कम कोई टेंशन लूगा। चल कोई ना फिर मैं डॉक्टर नु फोन कर दिनी आ। हाय डॉक्टर का तो फोन बंद आई जाता भाभी। चल ऐ कर दिया, मैं टाइम तेन चीज की गोली लिया दिनी आ। हे सच्चे पातशाह तो पैर वध ही जांदा है, किन्ना सोचा आ गया ले मिंट च। अल भाभी गोली इन्हें ला। भाभी उन्हें टाइम तुम रेस्ट कर लो, जो डॉक्टर का फोन ऑन हो गया फिर आप दवाई ले आवेंगे जाके। चलिए भले चल ठीक है, हाय रब्बा हाय मैं नहीं बचती अज। मेरा तो पैर अज तो मेरा पैर गया, मैं तो लंगड़ी हो जाऊंगी। ओ की गल होगी मेरे तो नहीं तुर ना। कोई ना ले जाऊंगा, चल आ खड़ी तुसी पुठे काम कर दो, पर नहीं जाएगा इतों। चल आ जा, मेनू की पता सी। आ जा ब्याह हो जाओ। चल कोई ना, चल सीट तो सी जाए जाएंगे माड़ा जा। हाय बोझ के आ जा सीरता। अब आ रहा कुछ नहीं, तो माड़ी जी मोच आ गई, पट्टी करती उन्हें ते जस राणा लिया के देते भज के। बस मैनू लगता ना 10-12 दिन मैं तुरंत नहीं मंजे तो उठा रहना। वो चल कोई गल नहीं, तू टेंशन ना ले, थोड़े मोटे काम मैं कर दूँ, थोड़े मोटे ये कर लिया करूँ। ठीक है कोई ना भाभी तुम टेंशन ना लो, तुम बस मंजे तो नहीं उठना। तुम जो चीज़ चाहिए मैं कह दो, मैं आप ही लेगी मंजे। हाँ इधर पै जा पै जा, लत्त उधर कर ल। दुखता है पैर। कोई गल नहीं हट जूगा, फिर गोली तो दे दी इनू, उन्हें होर भी दी है दवाई, वो भी दे दी। ठीक है टाइम नाल ठीक है मेरे, कोई ना। हां इनू समझा दे भी दवाई किवें देनी है। कोई ना समझा दूंगा। कोई ना भाभी तू स्टेप पर तुसी पैर ए लत्ता उधर नु कर दे मड़ी ने होली नाले। जेड़े काम गए सी वो काम बन गया? वो काम तो बन गया, पर वो मुंडे नु चार की लेउंदे ने जमीन ते, ते नाले वो कुड़ी ना ਕਨੇ ਕੰਮ ਕਰਨ ਵਾਲੀ ਲੱਭਦੇ ਨੇ। ਲੈ ਹੋਰ ਕੀ ਚਾਹੀਦਾ ਆਪਾਂ ਨੂੰ, ਐਨੀ ਸੈਣੀ ਧੀ ਆਪਣੀ, ਸਾਰਾ ਕੰਮ ਆਉਂਦਾ ਘਰ ਦਾ, ਨਾਲੇ 4 ਕਿੱਲੇ ਤਾਂ ਮੁੱਕਦੇ ਨਹੀਂ। ਚੱਲ ਕੋਈ ਨਾ ਤੂੰ ਪਹਿਲਾਂ ਠੀਕ ਹੋ ਜਾ, ਫਿਰ ਆਪਾਂ ਅੱਗੇ ਗੱਲ ਕਰ ਲਾਂਗੇ। ਲੈ ਤੂੰ ਹਾਂ ਕਰ ਹੀ ਦੇ, ਮੇਰਾ ਕੀ ਪਤਾ 15 ਦਿਨਾਂ ਉੱਠਾ ਮੰਜੇ ਤੋਂ। ਚੱਲ ਠੀਕ ਆ ਤੂੰ ਆਰਾਮ ਕਰ ਲੈ, ਮੈਂ ਗੱਡੀ ਵਾਗੜ ਚਲਾ ਜਾਂਦਾ। ਚੱਲ ਚੰਗਾ ਸੀਰਤਾ, ਘੁੱਟ ਚਾਹ ਦੀ ਬਣਾਈ। ਕੋਈ ਨਾ ਭਾਬੀ ਚਾਹ ਮੈਂ ਬਣਾ ਲੈਣੀ ਆ, ਨਾਲ ਤੁਸੀਂ ਟੈਂਸ਼ਨ ਨਾ ਲਓ, ਤੁਹਾਨੂੰ ਜਿਹੜੇ ਵੀ ਚੀਜ਼ ਚਾਹੀਦੀ ਨਾ ਮੈਨੂੰ ਆਵਾਜ਼ ਮਾਰ ਦਿਓ, ਮੈਂ ਉਹਦੀ ਲਿਆਉਂ। ਭਾਬੀ ਭਾਬੀ ਲੈ ਉੱਠ ਕੇ ਚਾਹ ਪੀ ਲਓ। ਸਬਜ਼ੀ ਕੱਟ ਦੀ। ਕੋਈ ਨਾ ਭਾਬੀ ਮੈਂ ਰੋਟੀ ਵੀ ਬਣਾ ਲਿਆਉਣੀ ਤੁਹਾਡੇ ਵਾਸਤੇ, ਨਾਲ ਰੋਟੀ ਖਾ ਲਓ ਤੁਸੀਂ। ਨਾ ਨਾ ਰੋਟੀ ਦੀ ਤਾਂ ਭੁੱਖ ਨਹੀਂ ਹਾਲੇ ਮੈਨੂੰ, ਮੈਂ ਤਾਂ ਘੰਟੇ 'ਚ ਬੁੰਦ ਲੱਗੀ, ਹਾਲੇ 10-15 ਦਿਨ ਲੱਗਣਗੇ ਇਹਨੂੰ ਠੀਕ ਹੋਣ 'ਤੇ। ਕੋਈ ਨਾ ਭਾਬੀ ਹੋ ਜਾਊਗਾ ਠੀਕ, ਬਸ ਦਵਾਈ ਟਾਈਮ 'ਤੇ ਦੇ ਦਿਆ ਕਰੋ ਮੈਂ ਤੁਹਾਨੂੰ। ਭਾਬੀ ਹੁਣ ਠੀਕ ਹੋ ਗਏ ਨਾਲੋਂ, ਫਰਕ ਆ ਕੁਛ? ਬਸ ਤੂੰ ਵੀ ਥੱਕ ਗਈ ਹੋਵੇਂਗੀ।
ਸਿਰ ਤੋਂ ਕੀ ਹੋਇਆ ਭਾਬੀ ਤੁਸੀਂ ਰੋਣ ਕਿਉਂ ਲੱਗ ਗਏ ਭਾਬੀ ਸਿਰ ਤੋਂ ਮੈਂ ਸੱਚੀ ਨਾ ਮੈਂ ਸੱਚੀ ਤੈਨੂੰ ਗਲਤ ਸਮਝ ਲਿਆ ਸੀ ਪਰ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਨੂੰ ਮਾਫ ਕਰ ਦੇ ਸਿਰ ਕਿਹੋ ਜਿਹੀ ਗੱਲਾਂ ਕਰਦੇ ਹੋ ਭਾਬੀ ਕੋਈ ਨਾ ਮੈਂ ਨਾ ਇੰਨੀ ਛੇਤੀ ਤੇਰੇ ਵਿਆਹ ਨਹੀਂ ਹੋਣ ਦਿੰਦੀ ਤੂੰ ਬਸ ਪਹਿਲਾਂ ਪੜ੍ਹਾਈ ਪੂਰੀ ਕਰ ਲਾ ਪਰ ਭਾਬੀ ਵੀਰੇ ਤਾਂ ਕਹਿੰਦਾ ਸੀ ਮੈਂ ਤੇਰਾ ਵਿਆਹ ਕਰਨਾ ਤੂੰ ਵੀਰੇ ਦੀ ਟੈਨਸ਼ਨ ਨਾ ਲੈ ਨਾਲੇ 2 ਦਿਨ ਰਹਿ ਗਏ ਤੇਰੇ ਪੇਪਰਾਂ 'ਚ ਤੂੰ ਪੜ੍ਹ ਲਾ ਮੈਂ ਤਾਂ ਬਸ ਆ 4 ਦਿਨਾਂ ਨੂੰ ਪੈਰ ਠੀਕ ਹੋ ਜੂ ਕੀ ਗੱਲਾਂ ਕਰਦੇ ਹੋ ਮੇਰੀ ਗੱਲ ਸੁਣੋ ਤੁਸੀਂ ਉਹਨਾਂ ਨੂੰ ਜਵਾਬ ਦੇ ਦਿਓ ਆਪਾਂ ਸਿਰਤ ਦਾ ਵਿਆਹ ਹਲੇ ਨਹੀਂ ਕਰਨਾ ਉਹ ਕਿਉਂ ਕੀ ਗੱਲ ਹੋ ਗਈ ਹੁਣ ਮੈਂ ਤੁਹਾਨੂੰ ਕਹਤਾ ਨਾ ਇੱਕ ਵਾਰੀ ਹਲੇ ਇਹਨੂੰ ਪੜ੍ਹਾਈ ਪੂਰੀ ਕਰ ਲੈਣ ਦਿਓ ਨਾਲੇ ਨਾ 2 ਸਾਲਾਂ ਦਾ ਅੱਗੇ ਡਿਪਲੋਮਾ ਵੀ ਆ ਉਹ ਵੀ ਕਰ ਲੂਗੀ ਪਰ ਉਹ ਤਾਂ ਤੂੰ ਕਹਿੰਦੀ ਮੈਂ ਤੁਹਾਨੂੰ ਇੱਕ ਵਾਰੀ ਕਹਤਾ ਨਾ ਵੀ ਹਲੇ ਨਹੀਂ ਕਰਨਾ ਇਹਦਾ ਵਿਆਹ ਇਹਦਾ ਮੂੰਹ ਤਾਂ ਵੇਖ ਲਓ ਕਿਵੇਂ ਰੰਗ ਉੱਡੇ ਪਏ ਨੇ ਵਿਚਾਰੇ ਦੇ ਉਹ ਚੱਲ ਕੋਈ ਨਾ ਤੂੰ ਫਿਕਰ ਨਾ ਕਰ ਜਿਵੇਂ ਤੂੰ ਕਹੇਗੀ ਉਵੇਂ ਹੀ ਕਰਾਂਗੇ ਨਹੀਂ ਕਰਦੇ ਇਹਦਾ ਵਿਆਹ ਖੁਸ਼ ਹਾਂਜੀ ਵੀਰੇ ਨਾਲੇ 4 ਦਿਨ ਤਾਂ ਆਪਣੇ ਕੋਲ ਖੇਡੂਗੀ ਮੁੜ ਕੇ ਸਾਰੀ ਉਮਰ ਸਹੁਰਿਆਂ ਕੋਲ ਹੀ ਰਹਿਣਾ ਠੀਕ ਹੈ ਨਾ ਠੀਕ ਹੈ ਬੱਬੀ ਨਾਲੇ ਸਾਰਾ ਕੰਮ ਨਾ ਇਕੱਲੀ 'ਤੇ ਨਾ ਸਿੱਟਿਆ ਕਰੋ 4 ਭਾਂਡੇ ਤੁਸੀਂ ਵੀ ਮਜਵਾ ਦਿਆ ਕਰੋ ਭਾਂਡੇ ਹੁਣ ਮੈਂ ਭਾਂਡੇ ਮਜਵਾਉਂਗਾ